ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ। ਹਰਿਆਣਾ ਦੀ ਸਰਕਾਰ ਕਿਸੇ ਵੇਲੇ ਵੀ ਟੁੱਟ ਸਕਦੀ ਹੈ। ਬੀਜੇਪੀ ਨੂੰ ਵੱਡਾ ਝਟਕਾ ਹੋ ਸਕਦਾ ਹਰਿਆਣਾ ਦੇ ਵਿੱਚ। ਬੀਜੇਪੀ ਜੇਜੇਪੀ ਦਾ ਜਿਹੜਾ ਗੱਠਜੋੜ ਹੈ ਉਹ ਟੁੱਟਣ ਦੇ ਕੰਢੇ 'ਤੇ ਪਹੁੰਚ ਚੁੱਕਿਆ। ਸੂਤਰਾਂ ਦੇ ਹਵਾਲੇ ਨਾਲ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਕਿਸੇ ਵੇਲੇ ਵੀ ਭਾਰਤੀ ਜਨਤਾ ਪਾਰਟੀ ਅਤੇ ਜੇਜੇਪੀ ਦੀ ਸਾਂਝੀ ਸਰਕਾਰ ਹਰਿਆਣਾ ਦੇ ਵਿੱਚ ਟੁੱਟ ਸਕਦੀ ਹੈ। ਹਰਿਆਣਾ ਦੇ ਵਿੱਚ ਸਾਂਝੀ ਸਰਕਾਰ ਟੁੱਟਣ ਦੇ ਕੰਢੇ 'ਤੇ ਹੈ। ਸੂਤਰ ਦੱਸਦੇ ਆ ਕਿ ਦੋਵਾਂ ਪਾਰਟੀਆਂ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡਾ ਧਮਾਕਾ ਹੋ ਸਕਦਾ। ਸੀਟਾਂ ਦੀ ਵੰਡ ਤੋਂ ਪਿਆ ਰੌਲਾ ਹੁਣ ਇੱਥੇ ਤੱਕ ਪਹੁੰਚ ਚੁੱਕਿਆ ਕਿ ਕਿਸੇ ਵੀ ਵੇਲੇ ਹਰਿਆਣਾ ਦੇ ਵਿੱਚ ਸਰਕਾਰ ਟੁੱਟ ਸਕਦੀ ਹੈ। ਇੱਕ ਪਾਸੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਅੰਦੋਲਨ ਕਰ ਰਹੇ ਆ। ਹਰਿਆਣਾ ਸਰਕਾਰ ਦੇ ਨਾਲ ਸਿੱਧੀ ਟੱਕਰ ਹੈ ਜਿਹੜੀ ਇਸ ਸਮੇਂ ਕਿਸਾਨਾਂ ਦੀ ਹੈ। ਉਸ ਦਰਮਿਆਨ ਸਿਆਸੀ ਹਾਲਾਤ ਜਿਹੜੇ ਆ ਉਹ ਵਿਗੜਦੇ ਹੋਏ ਨਜ਼ਰ ਆ ਰਿਹਾ। ਸੂਤਰ ਦੱਸਦੇ ਆ ਕਿ ਬੀਜੇਪੀ ਅਤੇ ਜੇਜੇਪੀ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਰੌਲਾ ਪੈ ਗਿਆ। ਸੀਟਾਂ ਦੀ ਵੰਡ ਇਸ ਪ੍ਰਕਾਰ ਚਾਹੁੰਦੀ ਸੀ ਕਿ ਜੇਜੇਪੀ ਆਪਣੇ ਆਪ ਨੂੰ ਇੱਕ ਜਾਂ ਦੋ ਸੀਟਾਂ ਦੀ ਮੰਗ ਕਰ ਰਹੀ ਸੀ, ਪਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ ਜਿਹੜੀ ਉਹ 10 ਦੀਆਂ 10 ਸੀਟਾਂ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਫੈਸਲਾ ਕਰ ਚੁੱਕੀ ਹੈ। ਅਤੇ ਇਸੇ ਦਰਮਿਆਨ ਹਰਿਆਣਾ ਦੇ ਵਿੱਚ ਜਿਹੜਾ ਸਥਿਤੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ। ਹਰਿਆਣਾ ਅੰਦਰ ਜਿਹੜਾ ਬੀਜੇਪੀ ਅਤੇ ਜੇਜੇਪੀ ਦਾ ਗੱਠਜੋੜ ਟੁੱਟ ਸਕਦਾ। ਇਸੇ ਦਰਮਿਆਨ ਰਾਜ ਭਵਨ ਦੇ ਵਿੱਚ ਵੀ ਜਿਹੜੀ ਹੈ ਸਰਗਰਮੀ ਵੇਖੀ ਜਾ ਰਹੀ ਹੈ। ਰਾਜ ਭਵਨ ਜਿਹੜਾ ਉਹ ਇਸ ਵੇਲੇ ਜਿਹੜਾ ਅਲਰਟ ਦੇ ਉੱਤੇ ਜਾ ਚੁੱਕਿਆ। 1000 ਬੰਦੇ ਦੇ ਖਾਣੇ ਦਾ ਪ੍ਰਬੰਧ ਹੈ ਜਿਹੜਾ ਉਹ ਰਾਜ ਭਵਨ ਦੇ ਵਿੱਚ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਵੱਡੀ ਅਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ ਦੇ ਵਿੱਚ ਟੁੱਟਣ ਜਾ ਰਹੀ ਹੈ, ਡਿੱਗਣ ਜਾ ਰਹੀ ਹੈ। ਬੀਤੀ ਕੱਲ੍ਹ ਤੋਂ ਲੈ ਕੇ ਚਰਚਾਵਾਂ ਨੇ। ਇਸੇ ਦਰਮਿਆਨ ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜੇਜੇਪੀ ਦੇ ਸੀਨੀਅਰ ਆਗੂ ਦੁਸ਼ਯੰਤ ਚੌਟਾਲਾ ਨੇ ਦਿੱਲੀ ਡੇਰੇ ਲਾ ਲਏ ਨੇ। ਅਮਿਤ ਸ਼ਾਹ ਨੂੰ ਮਿਲਦਾ ਸਮਾਂ ਮੰਗਿਆ ਗਿਆ, ਪਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜੇਜੇਪੀ ਨੂੰ ਠੱਪੀ ਲਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ। ਆਜ਼ਾਦ ਵਿਧਾਇਕਾਂ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਹਰਿਆਣੇ ਵਿੱਚ ਦੁਬਾਰਾ ਸਰਕਾਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਪਰ ਜੇਜੇਪੀ ਅਤੇ ਭਾਜਪਾ ਦਾ ਹਰਿਆਣਾ ਦੇ ਵਿੱਚ ਗੱਠਜੋੜ ਟੁੱਟਣ ਦੇ ਕੰਢੇ 'ਤੇ ਹੈ। ਕਿਸੇ ਵੇਲੇ ਵੀ ਗੱਠਜੋੜ ਟੁੱਟਣ ਦਾ ਐਲਾਨ ਹੋ ਸਕਦਾ। ਹਰਿਆਣਾ ਦੇ ਅੰਦਰ ਗਹਿਮਾ ਗਹਿਮੀ ਹੈ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਜਿਹੜੀ ਹੈ ਇੱਕ ਮੀਟਿੰਗ ਵੀ ਸੱਦ ਲਈ ਗਈ ਹੈ, ਜਿਸ ਦੇ ਵਿੱਚ ਸਾਰੇ MLA ਅਤੇ ਮੰਤਰੀਆਂ ਨੂੰ ਸੱਦਿਆ ਗਿਆ ਹੈ। ਕਿਹਾ ਜਾ ਰਿਹਾ ਕਿ ਇਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਵਿੱਚ ਇੱਕ ਵੱਡਾ ਅਸਤੀਫਾ ਹੋ ਸਕਦਾ ਹੈ, ਜਿਸ ਤੋਂ ਬਾਅਦ ਸਰਕਾਰ ਟੁੱਟਣੀ ਤੈਅ ਮੰਨੀ ਜਾ ਰਹੀ ਹੈ। ਇੱਕ ਵੱਡੇ ਆਗੂ ਦਾ ਅਸਤੀਫਾ ਹਰਿਆਣਾ ਦੇ ਵਿੱਚ ਹੋ ਸਕਦਾ ਹੈ। ਹਰਿਆਣਾ ਦੇ ਵਿੱਚ ਬੀਜੇਪੀ ਗੱਠਜੋੜ ਟੁੱਟਣ ਦੇ ਜਿਹੜੇ ਸੰਕੇਤ ਨੇ ਉਹ ਬੀਤੇ 4 ਤੋਂ 5 ਦਿਨਾਂ ਤੋਂ ਮਿਲ ਰਹੇ ਸਨ, ਕਿਉਂਕਿ ਲਗਾਤਾਰ ਸੀਟਾਂ ਦੀ ਵੰਡ ਨੂੰ ਲੋਕ ਸਭਾ 'ਚ ਲੈ ਕੇ ਜਿਹੜਾ ਰੌਲਾ ਪਿਆ ਹੋਇਆ ਸੀ। ਇਸ ਵੇਲੇ ਜਿਹੜੀ ਵਿਧਾਨ ਸਭਾ ਦੀ ਸਥਿਤੀ ਆ ਉਹਦੇ ਮੁਤਾਬਕ ਭਾਜਪਾ ਕੋਲ 41 MLA ਨੇ, ਕਾਂਗਰਸ ਕੋਲ 30, ਜਜਪਾ ਕੋਲ 10 ਅਤੇ ਨੈਲੋ ਕੋਲ 1 ਅਤੇ 1 ਹਲੋਪਾ ਅਤੇ 7 ਜਿਹੜੇ ਆਜ਼ਾਦ ਵਿਧਾਇਕ ਨੇ। ਕੁੱਲ ਮਿਲਾ ਕੇ ਸਥਿਤੀ ਹੈ। ਵੇਖਣ ਵਾਲੀ ਗੱਲ ਇਹ ਰਹੇਗੀ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕਾਂਗਰਸ ਦਾ ਕੀ ਰੁੱਖ ਰਹਿੰਦਾ ਹੈ। ਭਾਰਤੀ ਜਨਤਾ ਪਾਰਟੀ ਆਜ਼ਾਦ ਵਿਧਾਇਕਾਂ ਨੂੰ ਨਾਲ ਮਿਲਾ ਕੇ ਜਿਹੜੀ ਹੈ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਹੈ। ਪਰ ਵੱਡੀ ਅਤੇ ਅਹਿਮ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜੇਜੇਪੀ ਦੀ ਸਰਕਾਰ ਸਿਰਫ ਟੁੱਟਣ ਦੇ ਕੰਢੇ 'ਤੇ ਨਹੀਂ, ਦਰਾੜਾਂ ਇੰਨੀਆਂ ਵੱਧ ਗਈਆਂ ਨੇ ਕਿ ਲੋਕ ਸਭਾ ਦੇ ਵਿੱਚ ਵੀ ਇਸ ਦਾ ਜਿਹੜਾ ਅਸਰ ਹੈ ਉਹ ਵੇਖਣ ਨੂੰ ਮਿਲ ਸਕਦਾ ਹੈ।